ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਅਖਾੜਾ ਪੂਰੀ ਤਰ੍ਹਾਂ ਪੱਖਿਆ ਹੋਇਆ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਫੈਸਲੇ ਤੋਂ ਬਾਅਦ ਪਿੰਡਾਂ ਦੇ ਵਿੱਚ ਸਰਪੰਚੀ ਨੂੰ ਲੈ ਕੇ ਸਰਬਸੰਮਤੀਆਂ ਕੀਤੀਆਂ ਜਾ ਰਹੀਆਂ ਹਨ। ਵਿਸ਼ਵ ਪ੍ਰਸਿੱਧ ਪੰਜਾਬੀ ਸਿੰਗਰ ਅਤੇ ਅਦਾਕਾਰ ਐਮੀ ਵਿਰਕ, ਜੋ ਕਿ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ ਹਨ, ਹੁਣ ਉਹਨਾਂ ਦੇ ਜੱਦੀ ਪਿੰਡ ਦੇ ਵਿੱਚ ਵੀ ਸਰਬਸੰਮਤੀ ਦੇ ਨਾਲ ਐਮੀ ਵਿਰਕ ਦੇ ਪਿਤਾ ਨੂੰ ਹੀ ਪਿੰਡ ਦਾ ਸਰਪੰਚ ਚੁਣਿਆ ਗਿਆ। ਨਾਭਾ ਬਲਾਕ ਦੇ ਪਿੰਡ ਲੋਹਾਰ ਮਾਜਰਾ ਦੇ ਜੰਮਪਲ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਦੇ ਵੱਲੋਂ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ। ਸਰਬਸੰਮਤੀ ਦੇ ਨਾਲ ਲਿੱਤੇ ਗਏ ਇਸ ਫੈਸਲੇ ਨੂੰ ਲੈ ਕੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਹਰ ਕੋਈ ਇਸ ਫੈਸਲੇ 'ਤੇ ਆਪਣੀ ਖੁਸ਼ੀ ਜ਼ਾਹਰ ਕਰਦਾ ਹੋਇਆ ਵਿਖਾਈ ਦਿੱਤਾ ਅਤੇ ਉੱਥੇ ਹੀ ਪਿੰਡ ਵਾਲਿਆਂ ਨੇ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਖੁਸ਼ੀ ਮਨਾਈ। ਵਰਲਡ ਫੇਮਸ ਸਿੰਗਰ ਅਤੇ ਅਦਾਕਾਰ ਐਮੀ ਵਿਰਕ ਦਾ ਪਿੰਡ ਲੋਹਾਰ ਮਾਜਰਾ, ਇੱਥੇ ਦੀ ਜੋ ਪੰਚਾਇਤ ਚੁਣੀ ਗਿਆ, ਉਹਨਾਂ ਦੇ ਪਿਤਾ ਕੁਲਜੀਤ ਸਿੰਘ ਨੂੰ ਚੁਣਿਆ ਗਿਆ ਕਿਉਂਕਿ ਸਰਬਸੰਮਤੀ ਦੇ ਨਾਲ ਇਸ ਪਿੰਡ ਵਿੱਚ ਖੁਸ਼ੀ ਦੀ ਲਹਿਰ ਆ ਸਾਡੇ ਨਾਲ। ਐਮੀ ਵਿਰਕ ਦੇ ਪਿਤਾ ਨੇ ਕੁਲਜੀਤ ਸਿੰਘ ਜੀ, ਕਿਸ ਤਰ੍ਹਾਂ ਦੇਖਦੇ ਹੋ ਜੋ ਤੁਹਾਨੂੰ ਸਰਬਸੰਮਤੀ ਦੇ ਨਾਲ ਸਰਪੰਚ ਚੁਣਿਆ ਗਿਆ? ਮੈਂ ਤਾਂ ਬਹੁਤ ਹੀ ਵਧੀਆ ਵੇਖਦਾ, ਬਹੁਤ ਖੁਸ਼ ਹਾਂ। ਜਦੋਂ ਪਿੰਡ ਨੇ ਮੈਨੂੰ 5 ਸਾਲ ਵਾਸਤੇ ਸੇਵਾ ਦਿੱਤੀ ਹੈ, ਇੱਕ ਸੇਵਾ ਮੈਂ ਆਪਣੇ ਤਨ ਨਾਲ ਤਨਦੇਹੀ ਨਾਲ ਨਿਭਾਵਾਂਗਾ। ਅਤੇ ਫੈਸਲਾ ਜਿਹੜਾ ਹੈਗਾ ਸਾਰੇ ਪਿੰਡ ਵਾਲਿਆਂ ਨੇ ਲਿਆ, ਤੁਹਾਡੀ ਫਿਰ ਬੇਟੇ ਨਾਲ ਐਮੀ ਵਿਰਕ ਨਾਲ ਵੀ ਗੱਲ ਹੋਈ ਹੋਣੀ, ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਇਹੀ ਕਿਹਾ ਵੀ ਡੈਡੀ, ਜੋ ਸੇਵਾ ਦਿੱਤੀ ਹੈ ਪਿੰਡ ਨੇ ਉਹਨੂੰ ਨਿਭਾਓ, ਸੇਵਾ ਹੀ ਇਹ ਇੱਕ, ਸਰਪੰਚ ਮੈਂ ਨਹੀਂ, ਸਰਪੰਚ ਮੇਰਾ ਪਿੰਡ ਹੈ। ਜਦੋਂ ਪਿੰਡ ਨੇ ਮੈਨੂੰ ਬਣਾਇਆ, ਪਿੰਡ ਸਾਰਾ ਹੀ ਸਰਪੰਚ ਹੈ, ਮੈਂ ਇਕੱਲਾ ਸਰਪੰਚ ਨਹੀਂ, ਇਕੱਲਾ ਕੋਈ ਸਰਪੰਚ ਨਾ ਬਣ ਸਕਦਾ, ਅਤੇ ਨਾ ਮੈਂ ਹੈਗਾ। ਜਦੋਂ ਤੁਹਾਡਾ ਨਾਮ ਲਿਆ ਗਾ ਵੀ ਸਰਬਸੰਮਤੀ ਨਾਲ, ਕਿਉਂ ਪਾਰਟੀ ਤਾਂ ਸਾਰੀ ਨੇ, ਅਕਾਲੀ, ਕਾਂਗਰਸ, ਆਪ, ਅਤੇ ਤੁਹਾਨੂੰ ਕਿੰਨੀ ਖੁਸ਼ੀ ਮਿਲੀ ਵੀ ਜਿਹੜਾ ਹੈਗਾ ਤੁਹਾਨੂੰ ਇਸ ਕਾਬਲ ਸਮਝਿਆ? ਮੈਂ ਤਾਂ ਇਸ ਇਕੱਠ ਦੇ ਵਿੱਚ ਵੀ ਨਹੀਂ ਸਰ, ਜਦੋਂ ਪਿੰਡ ਨੇ ਫੈਸਲਾ ਕਰਕੇ ਮੈਨੂੰ ਤਾਂ ਬਾਅਦ 'ਚ ਬੁਲਾ ਕੇ ਲਗਾਏ ਨੇ ਵੀ ਆਓ ਜੀ ਤੁਸੀਂ ਆਓ ਅੱਗੇ, ਮੈਂ ਪਿੰਡ 'ਚ ਨਹੀਂ ਸਾਂ, ਮੈਂ ਉੱਥੇ ਇਕੱਠ ਦੇ ਵਿੱਚ ਨਹੀਂ ਸਾਂ, ਮੈਂ ਆਪਣੇ ਘਰ ਪਿਆ, ਮੈਨੂੰ ਨਹੀਂ ਸੀ ਪਤਾ ਵੀ ਕੀ ਹੋਣਾ ਕੀ ਨਹੀਂ ਹੋਣਾ, ਮੈਨੂੰ ਤਾਂ ਬਾਅਦ 'ਚ ਜਾ ਕੇ ਬੁਲਾ ਕੇ ਲਗਾਏ ਨੇ ਮੁੰਡੇ ਆ ਕੇ। ਇੱਕ ਐਮੀ ਵਿਰਕ ਨੇ ਗਾਣਾ ਵੀ ਗਾਇਆ ਸੀ, ਕਾਵਾਂ ਵਾਲੇ ਨੀ ਪੰਚਾਇਤ ਚੁਣੀ ਦੀ, ਕਿਸ ਤਰ੍ਹਾਂ ਦੇਖਦੇ ਹੋਗੇ? ਉਹ ਤਾਂ ਇੱਕ ਫਿਲਮ ਦਾ ਪਾਰਟ ਸੀ, ਫਿਲਮ ਦੇ ਵਿੱਚ ਜਿਹੋ ਜਿਹਾ ਡਾਇਰੈਕਟਰ ਨੇ ਜਾਂ ਜੋ ਵੀ ਉਹਨੂੰ ਦਿੱਤਾ ਉਹ ਉਸ ਕਰਕੇ ਗਾਇਆ ਗਿਆ ਸੀ। ਕਾਵਾਂ ਵਾਲੀ ਪੰਚਾਇਤ ਦਾ ਮਤਲਬ ਤਾਂ ਕੁਛ ਹੋਰ ਹੁੰਦਾ ਵੀ ਬੰਦੇ ਜਿਹੜੇ ਨੇ ਸਾਫ਼ ਸੁਥਰੇ ਚੁਣੋ, ਜ਼ਿਆਦਾ ਲੜਾਈ ਝਗੜੇ ਵਾਲੇ ਨਹੀਂ ਹੋਣੇ ਚਾਹੀਦੇ, ਨਸ਼ੇ ਪੱਤੇ ਤੋਂ ਰਹਿਤ ਹੋਣੇ ਚਾਹੀਦੇ ਨੇ। ਸਾਡੀ ਸਾਰੀ ਦੀ ਸਾਰੀ ਪੰਚਾਇਤ ਜਿੰਨੀ ਵੀ ਬਣੀ ਹੈ ਉਹਨੂੰ ਸਾਰੀ ਦੀ ਸਾਰੀ ਨਸ਼ੇ ਤੋਂ ਰਹਿਤ ਹੈ। ਅੱਗੇ ਵੀ ਇਹੀ ਅਪੀਲ ਕਰਾਂਗੇ ਲੋਕਾਂ ਨੂੰ ਵੀ ਨਸ਼ੇ ਤੋਂ ਬਚੋ। ਕਿੰਨਾ ਕੁ ਫੀਲ ਹੁੰਦਾ ਐਮੀ ਵਿਰਕ ਪਹਿਲੀ ਵਰਲਡ ਫੇਮਸ ਨੇ, ਤੁਹਾਡਾ ਹੁਣ ਪਿੰਡ ਫੇਰ ਸੁਰਖੀਆਂ 'ਚ, ਤੁਹਾਨੂੰ ਸਰਪੰਚ ਬਣਾਤਾ ਪਿੰਡ ਦਾ? ਪ੍ਰਾਊਡ ਫੀਲ ਤਾਂ ਹੁੰਦਾ ਹੀ ਹੈ, ਵੇਖੋ ਜਦੋਂ ਪਹਿਲਾਂ ਅੱਗੇ ਵੀ ਪਿੰਡ ਸੁਰਖੀਆਂ 'ਚ, ਅੱਗੇ ਇੱਕ ਨਾਂ 'ਤੇ ਵੇ, ਹੁਣ ਸਰਬਸੰਮਤੀ ਦੇ ਨਾਂ 'ਤੇ ਹੋਵੇਗਾ, ਹੁਣ ਸਾਰੇ ਪਿੰਡ ਦਾ ਇਕੱਠ ਵੇਖ ਕੇ ਨਾਂ 'ਤੇ ਜਾ ਕੇ ਫੇਮਸ ਹੋਵੇਗਾ ਪਿੰਡ। ਕਿਹੜੇ ਕਿਹੜੇ ਕੰਮ ਨੇ ਜੋ ਪਹਿਲ ਦੇ ਆਧਾਰ 'ਤੇ ਤੁਸੀਂ ਕਰੋਗੇ? ਤੁਸੀਂ ਤਾਂ ਪਹਿਲਾਂ ਵੀ ਜਿਹੜੇ ਹੈਗੇ ਪਿੰਡ ਦੀ ਸੇਵਾ ਕਰਦੇ ਆ ਰਹੇ ਹੋ। ਚਲੋ ਉਹ ਤਾਂ ਜਿਸ ਤਰ੍ਹਾਂ ਆਪਦੀ ਮਰਜ਼ੀ ਨਾਲ ਕਰਦੇ ਸਨ, ਵੀ ਜੋ ਆਪਦੀ ਮਰਜ਼ੀ ਹੁੰਦੀ ਸੀ ਉਹ ਸੇਵਾ ਕਰਦੇ ਸਾਂ, ਹੁਣ ਪਿੰਡ ਦੇ ਨਾਲ ਰਲ ਕੇ ਜੋ ਸਰਕਾਰ ਚਾਹੇਗੀ ਉਸ ਤਰ੍ਹਾਂ ਸਰਕਾਰ ਦੇ ਨਾਲ ਵੀ ਚੱਲਣਾ ਪੈਂਦਾ, ਜੋ ਸਰਕਾਰ ਦੇਵੇਗੀ ਸਰਕਾਰ ਦੇ ਹਿਸਾਬ ਨਾਲ ਵੀ ਚੱਲਣਾ ਪੈਂਦਾ, ਜੋ ਘਾਟਾਂ ਵਾਧਾਂ ਹੋਣਗੀਆਂ ਆਪਦੇ ਕੋਲੋਂ ਵੀ ਪੂਰੀਆਂ ਕਰਾਂਗੇ।
ਤੁਸੀਂ ਦੇਖਿਆ ਐਮੀ ਵਿਰਕ ਦੇ ਇਹ ਪਿਤਾ ਨੇ, ਉਹ ਕਹਿੰਦੇ ਵੀ ਜੋ ਪਿੰਡ ਵਿੱਚ ਕੰਮ ਨੇ ਉਹ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ ਸਾਡੇ ਨਾਲ ਪੰਚਾਇਤ ਮੈਂਬਰ ਨੇ। ਕਿਸ ਤਰ੍ਹਾਂ ਦੇਖਦੇ ਹੋ ਜੋ ਐਮੀ ਵਿਰਕ ਦਾ ਪਿੰਡ ਆ, ਇੱਥੇ ਸਰਬਸੰਮਤੀ ਦੇ ਨਾਲ ਚੋਣ ਹੋਈ ਆ, ਤੁਹਾਨੂੰ ਪੰਚਾਇਤ ਮੈਂਬਰ ਬਣਾਇਆ ਗਿਆ ਹੈਗਾ, ਅਤੇ ਇੱਧਰ ਸਰਪੰਚ ਸਾਹਿਬ ਉਹਨਾਂ ਦੇ ਐਮੀ ਵਿਰਕ ਦੇ ਪਿਤਾ ਨੇ ਕੁਲਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਸਾਰੇ ਨਗਰ ਦਾ ਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਹੀ ਰਲ ਕੇ ਐਮੀ ਦੇ ਡੈਡੀ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ, ਨਾ ਕਿ ਇਕੱਲੇ ਮੈਂ ਚੁਣਿਆ, ਸਾਰੇ ਪਿੰਡਾਂ ਦੇ ਸਹਿਯੋਗ ਨਾਲ ਚੁਣਿਆ ਗਿਆ ਜੀ। ਅਤੇ ਹੋਰ ਕਿਹੜੇ ਕਿਹੜੇ ਕੰਮ ਨੇ ਜਿਹੜੇ ਹੋਣ ਵਾਲੇ ਨੇ? ਕੰਮ ਤਾਂ ਇਹੀ ਬਹੁਤ ਹੋਣ ਵਾਲੇ ਨੇ ਜੀ, ਜਿਵੇਂ ਪਾਰਕ ਦਾ ਕੰਮ ਹੋਣ ਵਾਲਾ ਜੀ, ਗਰਾਊਂਡ ਦਾ ਕੰਮ ਹੋਣ ਵਾਲਾ, ਹੋਰ ਬਾਕੀ ਕੰਮ ਬੜੇ ਹੋਣ ਵਾਲੇ ਨੇ ਜੀ, ਬਹੁਤ ਜ਼ਿਆਦਾ ਕੰਮ ਅੱਗੇ ਹੋਣਗੇ। ਜਿਵੇਂ ਜਿੰਮ ਦਾ ਕੰਮ, ਜਿੰਮ ਹੈ ਜੀ ਸਾਡੇ ਪਿੰਡ, ਜਿੰਮ ਨਹੀਂ ਹੈਗੀ, ਐਮੀ ਨੇ ਖੁਦ ਕਿਹਾ ਸੀ ਵੀ ਮੈਂ ਜਿੰਮ ਚਾਚਾ ਲੈ ਕੇ ਦੇਵਾਂਗਾ ਤੈਨੂੰ, ਇਹਦੇ ਪਿੰਡ ਦੇ ਬੱਚਿਆਂ ਵਾਸਤੇ ਜਿੰਮ ਲੈ ਕੇ ਦੇਵਾਂਗਾ, ਤੁਸੀਂ ਜਗ੍ਹਾ ਬਣਾਓ। ਅਸੀਂ ਹੁਣ ਕਮਰਾ ਤਿਆਰ ਕੀਤਾ, ਪਹਿਲਾਂ ਤਿਆਰ ਕਰਾ ਲਿਆ ਸੀ, ਦੋ ਢਾਈ ਸਾਲ ਹੋ ਗਏ ਨੇ, ਕਮਰਾ ਤਿਆਰ ਕੀਤਾ, ਉਹ 'ਚ ਜਿੰਮ ਦਾ ਸਮਾਨ ਰਖਵਾਵਾਂਗੇ ਜੀ ਐਮੀ ਨੂੰ ਕਹਿ ਕੇ। ਪਾਰਟੀਆਂ ਤਾਂ ਸਾਰੀ ਨੇ ਇੱਥੇ, ਅਕਾਲੀ, ਕਾਂਗਰਸ, ਆਪ, ਫਿਰ ਵੀ ਜਿਹੜਾ ਹੈਗਾ ਪਿਆਰ ਹੈਗਾ। ਹਾਂ ਜੀ, ਪਾਰਟੀ ਬਾਜੀ ਕੋਈ ਨਹੀਂ ਜੀ, ਇੱਥੇ ਪਾਰਟੀਆਂ 'ਚ ਸਾਰੀਆਂ ਨੇ ਵੈਸੇ, ਪਰ ਪਾਰਟੀ ਬਾਜੀ ਤੋਂ ਉੱਠ ਕੇ ਸਾਰੇ ਪਿੰਡ ਨਗਰ ਇੱਕ ਹੈ ਜੀ ਸਾਡਾ, ਜਦੋਂ ਕੋਈ ਵੀ ਮਤਲਬ ਪ੍ਰੋਗਰਾਮ ਹੁੰਦਾ, ਕੁਛ ਵੀ ਹੁੰਦਾ, ਸਾਰੇ ਰਲ ਮਿਲ ਕੇ ਕਰਦੇ ਜੀ, ਕੋਈ ਵੀ ਉਹਦਾ ਇੱਕ ਆ, ਸਾਰਿਆਂ ਦਾ ਇੱਕ ਆ ਜੀ। ਸਾਡੇ ਨਾਲ ਐਮੀ ਵਿਰਕ ਦੇ ਮਾਤਾ ਜੀ ਨੇ, ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਕਿਸ ਤਰ੍ਹਾਂ ਦੇਖਦੇ ਹੋ ਜੋ ਸਰਬਸੰਮਤੀ ਨਾਲ ਜਿਹੜਾ ਹੈਗਾ ਪੰਚਾਇਤ ਮੈਂਬਰ ਚੁਣੇ, ਸਰਪੰਚ ਬਣਾਉਂਦੇ ਆ, ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਹਾਂਜੀ, ਅਸੀਂ ਨਾ ਮਾਲਕ ਇਹਨਾਂ ਨੂੰ ਤੰਦਰੁਸਤੀ ਬਖਸ਼ੇ, ਅਸੀਂ ਪਿੰਡ ਦੀ ਸੇਵਾ ਕਰੀਏ, ਅਤੇ ਐਮੀ ਵੀ ਕਹਿੰਦਾ ਸੀ ਆਉਂਦਾ ਮੰਮਾ ਆਪਾਂ ਸੇਵਾ ਕਰਨੀ ਹੈ ਨਗਰ ਦੀ, ਅਤੇ ਸਾਰੇ ਆਪਾਂ ਪਿੰਡ ਦਾ ਨਾਮ ਰੋਸ਼ਨ ਕਰਨਾ, ਵੀ ਕੰਮ ਕਰਨਾ ਜਿਵੇਂ ਵੀ ਹੋਇਆ ਪਿੰਡ ਦੇ ਜੋ ਵੀ ਕੰਮ ਅਧੂਰੇ ਨੇ ਸਾਰੇ ਕਰਨੇ ਨੇ, ਬਹੁਤ ਜ਼ਿਆਦਾ ਖੁਸ਼ੀ ਹੁੰਦੀ। ਹਾਂਜੀ, ਐਮੀ ਵਿਰਕ ਦੇ ਮਾਤਾ ਜੀ ਨੇ, ਉਹਨਾਂ ਨੇ ਵੀ ਕਿਹਾ ਕਿ ਐਮੀ ਵਿਰਕ ਨੇ ਵੀ ਕਿਹਾ ਵੀ ਜਿਹੜਾ ਹੈਗਾ ਜੋ ਅਧੂਰੇ ਕੰਮ ਨੇ ਉਹ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ। ਕਿਸ ਤਰ੍ਹਾਂ ਦੇਖਦੇ ਹੋ ਜੋ ਐਮੀ ਵਿਰਕ ਦੇ ਪਿਤਾ ਜੀ ਨੇ, ਉਹਨਾਂ ਨੂੰ ਸਰਬਸੰਮਤੀ ਨਾਲ ਇੱਥੇ ਸਰਪੰਚ ਬਣਾਇਆ ਗਿਆ? ਦੇਖੋ ਜੀ, ਬਹੁਤ ਵਧੀਆ ਫੀਲ ਕਰਦੇ ਹਾਂ ਕਿ ਇਹ ਜਿਹੜਾ ਪਹਿਲੀ ਵਾਰ ਸਾਡੇ ਨਗਰ ਦੇ ਵਿੱਚ ਇਹ ਮੈਂ ਨਗਰ ਨੇ ਉਤਸ਼ਾਹ ਭਰਿਆ, ਅਤੇ ਨਗਰ ਨੇ ਇਹ ਇਹਨਾਂ ਨੂੰ ਇਹਨਾਂ ਦੇ ਸੇਰਾ ਨਗਰ ਨੂੰ ਜਾਂਦਾ ਕਿ ਜਿਨ੍ਹਾਂ ਨੇ ਸਾਡੇ 'ਤੇ ਇੰਨਾ ਮਾਣ ਕਰਕੇ ਸਾਡੇ ਚਾਚਾ ਜੀ ਨੂੰ ਅੱਗੇ ਲਿਆਂਦਾ, ਅਤੇ ਕਿਉਂ ਇਹ ਪਹਿਲਾਂ ਵੀ ਨਗਰ ਦੇ ਕੰਮ ਬਹੁਤ ਕਰਦੇ ਨੇ, ਅਤੇ ਉਹਨਾਂ ਕਰਕੇ ਹੁਣ ਉਹਨਾਂ ਨੂੰ ਇੱਕ ਮਤਲਬ ਕਿ ਜਿਵੇਂ ਆਪਾਂ ਚਾਬੀ ਦੇ ਦਿੰਦੇ ਹਾਂ ਵੀ ਵੇਖੋ ਹੁਣ ਨਗਰ ਦਾ ਜਿਹੜੀ ਹੈ ਨਾ, ਇਹ ਇੱਕ ਡਰਾਈਵਰ ਨੇ ਸਾਡੇ ਨਗਰ ਦੇ, ਇਹਨਾਂ ਦੇ ਹੱਥ 'ਚ ਹੀ ਇਹ ਗੱਡੀ ਜਿਹੜੇ ਸਟੇਅਰਿੰਗ ਹੈ, ਅਤੇ ਵੇਖੋ ਸਾਨੂੰ ਪਹਿਲਾਂ ਵੀ ਮਾਣ ਮਹਿਸੂਸ ਕਰਦੇ ਹਾਂ ਅਸੀਂ ਸਾਡੇ ਚਾਚਾ ਜੀ 'ਤੇ, ਅਤੇ ਹੁਣ ਤਾਂ ਸਗੋਂ ਹੀ ਹੋ ਗਿਆ ਵੀ ਸਰਪੰਚ ਨੇ, ਅਤੇ ਅੱਗੇ ਸਾਰੇ ਕੰਮ ਨਗਰ ਦੇ ਤਹਿ ਦਿਲੋਂ ਕਰਨਗੇ। ਜਿਵੇਂ ਐਮੀ ਵਿਰਕ ਦੇ ਨਾਲ ਪਿੰਡ ਮਸ਼ਹੂਰ ਹੈਗਾ, ਪਹਿਲੀ ਵਰਲਡ ਫੇਮਸ ਆ, ਅਤੇ ਹੁਣ ਸਰਬਸੰਮਤੀ ਦੇ ਨਾਲ ਇੱਕ ਹੋਰ ਮਿਸਾਲ ਪੈਦਾ ਕੀਤੀ ਹੈ, ਕਿਸ ਤਰ੍ਹਾਂ ਦੇਖਦੇ? ਬਹੁਤ ਵਧੀਆ ਜੀ, ਸਰਬਸੰਮਤੀ ਦੇ ਨਾਲ ਇਹ ਮੈਂ ਤਾਂ ਨਗਰ ਨੂੰ ਇਹੀ ਅਪੀਲ ਕਰਦੀ ਹਾਂ ਵੀ ਸਾਰੇ ਆਪਾਂ ਪੰਚਾਇਤ ਨਿਰਾ ਸਰਕਾਰਾਂ 'ਤੇ ਨਾ ਛੱਡੀਏ, ਆਪਾਂ ਖੁਦ ਵੀ ਉਸ ਕੰਮ ਵੱਲ ਤੁਰੀਏ। ਜੇ ਆਪਾਂ ਘਰ ਤੋਂ ਆਪਣੇ ਘਰ ਨੂੰ ਸਾਫ਼ ਰੱਖਾਂਗੇ ਨਾ, ਅਤੇ ਵੇਖੋ ਗਲੀ ਦੇ ਵਿੱਚੋਂ ਵੀ ਆਪਾਂ ਕੂੜਾ ਚੁਕਾ ਸਕਦੇ ਹਾਂ, ਜੇ ਆਪਣੇ ਘਰ ਦੇ ਵਿੱਚ ਹੀ ਅਜੇ ਹੱਖੜ ਪਿਆ ਤਾਂ ਆਪਾਂ ਗਲੀ 'ਚ ਕਿਵੇਂ ਕਹਿ ਸਕਦੇ ਹਾਂ ਵੀ ਤੁਸੀਂ ਇਹਨੂੰ ਸਫਾਈ ਨਹੀਂ ਕਰਦੇ ਆ, ਉਹ ਨਹੀਂ ਕਰਦੇ? ਪਹਿਲਾਂ ਆਪਣੇ ਘਰ ਤੋਂ ਤੁਰਨਾ ਪੈਂਦਾ, ਅਤੇ ਪਬਲਿਕ ਆਪ ਨਾਲ ਚੱਲਦੀ ਹੈ। ਹਾਂਜੀ, ਦੇਖੋ ਜੀ, ਜਿਹੜੀਆਂ ਲੜਾਈ ਝਗੜੇ ਹੋ ਰਹੇ ਨੇ ਇਹਦੀ ਵੀ ਅਸੀਂ ਮਤਲਬ ਇੱਕ ਸਖ਼ਤ ਨਿੰਦਾ ਕਰਦੇ ਹਾਂ, ਉਹ ਚੀਜ਼ਾਂ ਠੀਕ ਨਹੀਂ ਹੈ। ਪਰ ਸਾਡੇ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਹੀ ਸ਼ਲਾਘਾਯੋਗ ਕਦਮ ਚੱਕਿਆ, ਜਿਹੜਾ ਕਿ ਸੰਮਤੀ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ, ਔਰ ਮੈਂ ਬਹੁਤ ਨਗਰ ਦਾ ਧੰਨਵਾਦ ਕਰਦਾ ਇਸ ਚੀਜ਼ ਦੇ ਉੱਤੇ।
ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ। ਅਸੀਂ ਇਹ ਵੀ ਕਹਾਂਗੇ ਕਿ ਹਰ ਨਗਰ ਨੂੰ ਮਤਲਬ ਇਸ ਕਦਮ ਦੇ ਉੱਤੇ ਉੱਠਣਾ ਚਾਹੀਦਾ ਔਰ ਇਹ ਵਧੀਆ ਕਦਮ ਲੈਣੇ ਚਾਹੀਦੇ ਨੇ। ਐਮੀ ਵਿਰਕ ਦਾ ਪਿੰਡ ਆ, ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਇਸ ਚੀਜ਼ ਨੂੰ ਲੈ ਕੇ? ਦੇਖੋ ਜੀ, ਜਦੋਂ ਅਸੀਂ ਤਕਰੀਬਨ ਬਾਹਰ ਕਿਤੇ ਵੀ ਜਾਂਦੇ ਹਾਂ, ਕਿਸੇ ਨੂੰ ਅਸੀਂ ਆਪਣਾ ਕੋਈ ਮੀਟਿੰਗ ਹੁੰਦੀ ਹੈ ਜਾਂ ਕਿਤੇ ਕੁਛ ਵੀ ਹੁੰਦਾ, ਤਾਂ ਜਦੋਂ ਅਸੀਂ ਆਪਣੇ ਪਿੰਡ ਦਾ ਨਾਂ ਲੈਂਦੇ ਹਾਂ, ਸਾਨੂੰ ਹਰੇਕ ਉੱਥੇ ਐਂ ਕਹਿੰਦਾ ਜੀ ਐਮੀ ਵਿਰਕ ਦਾ ਪਿੰਡ ਆ, ਸਾਨੂੰ ਬਹੁਤ ਪ੍ਰਾਊਡ ਹੁੰਦਾ ਔਰ ਅਸੀਂ ਉੱਥੇ ਬਹੁਤ ਮਤਲਬ ਸਹੀ ਆਪਣੇ ਸਹੀ ਢੰਗ ਨਾਲ ਕਰਦੇ ਹਾਂ ਕਿ ਹਾਂ ਜੀ ਸਾਡੇ ਪਿੰਡ ਦੇ ਨੇ, ਸਾਨੂੰ ਪ੍ਰਾਊਡ ਹੈ, ਸਟਾਰ ਨੇ ਇੱਕ ਬਹੁਤ ਵਧੀਆ। ਔਰ ਅੱਜ ਹੋਰ ਪ੍ਰਾਊਡ ਫੀਲ ਆ ਜੋ ਸਰਬ ਸੰਮਤੀ ਹੋਈ ਆ? ਹਾਂਜੀ ਸਰ, ਅਸੀਂ ਇਸ ਚੀਜ਼ ਦੇ ਉੱਤੇ ਵੀ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਨਗਰ ਦਾ ਹੋਰ ਵੀ ਨਾਂ ਹੋਣਾ ਔਰ ਇਹਦੇ ਨਾਲ ਸਾਡੇ ਐਮੀ ਵਿਰਕ ਵੀਰ ਜੀ ਨੂੰ ਵੀ ਕਾਫੀ ਜਿਹੜਾ ਉਹਨੂੰ ਵੀ ਮਾਣ ਮਿਲਣਾ ਹੋਰ।